ਇਨਸਾਨ ਕਿਸੇ ਹੋਰ ਚੀਜ਼ ਤੋਂ ਨਹੀਂ ਟੁੱਟਦਾ, ਇਨਸਾਨ ਆਪਣੇ ਆਪ ਤੋਂ ਟੁੱਟਦਾ। ਜਿਹੜੀ ਵਿੱਤ ਉਹਦੇ ਆਪਣੇ ਰੀਅਲ ਸੈਲਫ ਅਤੇ ਉਹਦੇ ਫਾਲਸ ਸੈਲਫ ਦੇ ਵਿੱਚ ਪੈ ਜਾਂਦੀ ਹੈ ਨਾ, ਉਹਦੇ ਵਿੱਚ ਹੀ ਨਸ਼ਾ ਆਉਂਦਾ। ਡੀਐਲੀਨੇਸ਼ਨ ਜਿਹਨੂੰ ਕਹਿੰਦੇ ਆ ਕਿ ਆਪਣੇ ਆਪ ਨਾਲ ਟੁੱਟਣਾ, ਵਿਚਕਾਰ ਜਿਹੜੀ ਵਿੱਤ ਬਣ ਜਾਣੀ, ਜਿਹਦੇ ਵਿੱਚ ਜਗ੍ਹਾ ਬਣ ਜਾਂਦੀ ਹੈ, ਜਿਹਦੇ ਵਿੱਚ ਨਸ਼ਾ ਆ ਜਾਂਦਾ, ਜਿਹਦੇ ਵਿੱਚ ਨਸ਼ਾ ਹੀ ਨਹੀਂ ਆਉਂਦਾ, ਜਿਹਦੇ ਵਿੱਚ ਬਹੁਤ ਸਾਰੀਆਂ ਸੋਚਾਂ ਆ ਜਾਂਦੀਆਂ, ਓਬਸੈਸ਼ਨਸ ਆ ਜਾਂਦੀਆਂ, ਪਰਫੈਕਸ਼ਨਿਜ਼ਮ ਆ ਜਾਂਦਾ, ਜਿਹਦੇ ਵਿੱਚ ਡਿਪਰੈਸ਼ਨਸ ਆ ਜਾਂਦੀਆਂ, ਜਿਹਦੇ ਵਿੱਚ ਹੋਰ ਮਾਨਸਿਕ ਤਕਲੀਫਾਂ ਆ ਜਾਂਦੀਆਂ, ਜਿਹਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇਸੇ ਵਿੱਤ ਦੇ ਵਿੱਚ ਆਉਂਦੀਆਂ, ਜਿਹਦੇ ਵਿੱਚ ਰੀਅਲ ਸੈਲਫ ਅਤੇ ਫਾਲਸ ਸੈਲਫ ਜਿਹੜਾ ਅਸੀਂ ਬਣਾ ਕੇ ਰੱਖਦੇ ਹਾਂ ਆਪਣਾ, ਉਹਦੇ ਵਿਚਕਾਰ ਇਹ ਚੀਜ਼ਾਂ ਆ ਕੇ ਫਸ ਜਾਂਦੀਆਂ ਅਤੇ ਆ ਕੇ ਫਸਦੀਆਂ ਵੀ ਉਹਦੇ ਵਿੱਚ ਹੀ ਹੈ ਜਿਹਨੇ ਆਪਣੇ ਦੋਨਾਂ ਚੀਜ਼ਾਂ ਦੇ ਵਿਚਕਾਰ ਵਿੱਤ ਰੱਖੀ ਹੋਏ। ਜੇ ਤੁਸੀਂ ਦੋਨਾਂ ਚੀਜ਼ਾਂ ਦੇ ਵਿਚਕਾਰ ਵਿੱਤ ਖਤਮ ਕਰਨੀ ਸ਼ੁਰੂ ਕਰ ਦਿਓਗੇ ਨਾ, ਅਤੇ ਵਿਚਕਾਰ ਕੋਈ ਚੀਜ਼ ਆ ਕੇ ਫਸੇਗੀ ਨਾ, ਤੁਹਾਨੂੰ ਡਿਪਰੈਸ਼ਨ 'ਚ ਲੰਘਣਾ ਪਏਗਾ, ਨਾ ਤੁਹਾਨੂੰ ਕਿਸੇ ਓਬਸੈਸ਼ਨ 'ਚ ਲੰਘਣਾ ਪਏਗਾ, ਨਾ ਤੁਸੀਂ ਕਿਸੇ ਚੀਜ਼ 'ਚ ਫਸੋਗੇ, ਨਾ ਤੁਹਾਨੂੰ ਇੰਨਾ ਦਿਖਾਵਾ ਕਰਨਾ ਪਏਗਾ, ਨਾ ਤੁਹਾਨੂੰ ਇੱਕ ਆਪਣੀ ਜ਼ਿੰਦਗੀ ਤੋਂ ਇਲਾਵਾ ਇੱਕ ਜ਼ਿੰਦਗੀ ਜੀਣੀ ਪਏਗੀ ਜਿਹੜੀ ਕਿ ਤੁਹਾਡੀ ਵੀ ਉਹ ਜ਼ਿੰਦਗੀ ਨਹੀਂ ਹੋਏਗੀ। ਇਹਨੂੰ ਕਹਿੰਦੇ ਆ ਔਥੈਂਟਿਸਿਟੀ, ਇਹਨੂੰ ਕਹਿੰਦੇ ਆ ਜਿਸ ਤਰ੍ਹਾਂ ਦੀ ਤੁਸੀਂ ਅੰਦਰ ਹੈਗੇ ਉਸ ਤਰ੍ਹਾਂ ਦੇ ਤੁਸੀਂ ਬਾਹਰ ਵੀ ਨਜ਼ਰ ਆਓ। ਜਦੋਂ ਤੁਸੀਂ ਔਥੈਂਟਿਕ ਹੋ ਜਾਂਦੇ ਹੋ ਅਤੇ ਤੁਸੀਂ ਐਕਸੈਪਟ ਕਰ ਲੈਂਦੇ ਹੋ ਆਪਣੇ ਆਪ ਨੂੰ, ਤੁਹਾਡੀ ਔਥੈਂਟਿਸਿਟੀ ਜ਼ਬਰਦਸਤ ਹੋ ਜਾਂਦੀ ਹੈ। ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੋਈ ਤੁਹਾਡੇ ਬਾਰੇ ਕੀ ਸੋਚਦਾ, ਤੁਹਾਨੂੰ ਨਹੀਂ ਫਰਕ ਪੈਂਦਾ ਕਿ ਕੋਈ ਤੁਹਾਡੇ ਬਾਰੇ ਕੋਈ ਤੁਸੀਂ ਉਹ ਕਿਸੇ ਨੂੰ ਕੀ ਦੇਣਾ ਹੈ ਜਾਂ ਕੋਈ ਤੁਹਾਡੇ ਕੋਲੋਂ ਕੀ ਐਕਸਪੈਕਟ ਕਰ ਸਕਦੇ ਆ, ਤੁਸੀਂ ਸਿਰਫ ਔਥੈਂਟਿਕ ਹੁੰਦੇ ਹੋ। ਅਲਟੀਮੇਟਲੀ ਕੀ ਹੁੰਦਾ ਕੀ ਹੈ ਕਿ ਤੁਹਾਡੇ ਨਾਲ ਹਮੇਸ਼ਾ ਉਹੀ ਬੰਦੇ ਜੁੜੇ ਰਹਿ ਜਾਂਦੇ ਆ ਜਿਹੜੇ ਕਿ ਆਪ ਔਥੈਂਟਿਕ ਹੁੰਦੇ ਆ, ਜਿਹੜੇ ਤੁਹਾਡੇ ਇਸ ਚੀਜ਼ ਨੂੰ ਘਾਟ ਨੂੰ ਪੂਰਾ ਕਰਨ ਦੇ ਵਿੱਚ ਮਤਲਬ ਸਿਰਫ ਮਦਦ ਕਰਦੇ ਆ, ਇਹਨੇ ਵੇਖ ਕੇ ਉਹ ਵੀ ਔਥੈਂਟਿਕ ਹੋਣੇ ਸ਼ੁਰੂ ਹੋ ਜਾਂਦੇ ਆ। ਤੁਸੀਂ ਜੇ ਕਹੋ ਵੀ ਕੋਈ ਤੁਹਾਡੀ ਆ ਕੇ ਘਾਟ ਪੂਰੀ ਕਰਦੇ, ਉਹ ਤੁਹਾਡੇ ਪਾਸੇ ਨਸ਼ਾ ਹੀ ਹੈ, ਭਾਵੇਂ ਉਹ ਇਨਸਾਨ ਹੈ, ਭਾਵੇਂ ਕੋਈ ਰਿਸ਼ਤਾ, ਭਾਵੇਂ ਕੋਈ ਹਸਬੈਂਡ ਵਾਈਫ ਦਾ ਰਿਸ਼ਤਾ, ਭਾਵੇਂ ਬੱਚਿਆਂ ਦਾ ਰਿਸ਼ਤਾ, ਭਾਵੇਂ ਮਾਂ ਪਿਓ ਦਾ ਰਿਸ਼ਤਾ, ਜੇ ਉਹ ਰਿਸ਼ਤਾ ਸਿਰਫ ਤੁਹਾਡੀ ਖਾਲੀ ਥਾਂ ਨੂੰ ਭਰਨ ਵਾਸਤੇ ਆ ਰਿਹਾ ਜਾਂ ਤੁਹਾਡੇ ਰੀਅਲ ਸੈਲਫ ਅਤੇ ਫਾਲਸ ਸੈਲਫ ਦੇ ਵਿਚਕਾਰ ਆ ਕੇ ਉਹਨੂੰ ਕੰਪੀਟ ਕਰ ਰਿਹਾ, ਉਹ ਵੀ ਤੁਹਾਡਾ ਨਸ਼ਾ ਹੀ ਹੈ, ਉਹ ਤੁਹਾਡਾ ਰਿਲੇਸ਼ਨਸ਼ਿਪ ਵੀ ਤੁਹਾਡਾ ਨਸ਼ਾ। ਫਿਰ ਉਸ ਰਿਲੇਸ਼ਨਸ਼ਿਪ ਦੇ ਵਿੱਚ ਤੁਸੀਂ ਮਦਦ ਕਰਦੇ ਰਹੋਗੇ, ਤੁਸੀਂ ਧੱਕਾ ਲਗਾਉਂਦੇ ਰਹੋਗੇ, ਤੁਸੀਂ ਚਲਾਉਂਦੇ ਰਹੋਗੇ, ਤੁਹਾਡਾ ਜ਼ੋਰ ਲੱਗਦਾ ਰਹੇਗਾ, ਐਫਰਟਲੈਸਲੀ ਤੁਸੀਂ ਇਸ ਰਿਸ਼ਤੇ ਨੂੰ ਜੀ ਨਹੀਂ ਸਕੋਗੇ, ਤੁਸੀਂ ਉਸ ਰਿਸ਼ਤੇ ਦੇ ਵਿੱਚੋਂ ਹਮੇਸ਼ਾ ਕੁਛ ਨਾ ਕੁਛ ਪਾਉਣ ਦੀ ਕੋਸ਼ਿਸ਼ ਕਰੋਗੇ, ਉਸ ਰਿਸ਼ਤੇ ਦੇ ਵਿੱਚ ਕੁਛ ਕਿਸੇ ਵੇਲੇ ਵੀ ਕੁਛ ਦੇਣ ਦੀ ਕੋਸ਼ਿਸ਼ ਨਹੀਂ ਕਰੋਗੇ। ਗਿਵਿੰਗ ਮੋਡ ਤੁਹਾਡਾ ਖਤਮ ਹੋ ਜਾਏਗਾ, ਤੁਹਾਡਾ ਹਮੇਸ਼ਾ ਰਿਸੀਵਿੰਗ ਮੋਡ ਰਹੇਗਾ, ਤੁਸੀਂ ਹਮੇਸ਼ਾ ਐਕਸਪੈਕਟੇਸ਼ਨਸ ਰੱਖੋਗੇ। ਫਿਰ ਜਿੰਨੀਆਂ ਐਕਸਪੈਕਟੇਸ਼ਨਸ ਰੱਖਾਂਗੇ, ਸਾਡੀਆਂ ਐਕਸਪੈਕਟੇਸ਼ਨਸ ਨਹੀਂ ਪੂਰੀਆਂ ਹੋਣਗੀਆਂ, ਓਨਾ ਹੀ ਸਾਡੇ ਇਸ ਰਿਸ਼ਤੇ 'ਚ ਦਰਾਰ ਆਉਣੀ ਸ਼ੁਰੂ ਹੋ ਜਾਏਗੀ। ਜਦੋਂ ਇਹ ਦਰਾਰ ਚੱਲਦੀ ਰਹੇਗੀ ਫਿਰ ਅਸੀਂ ਦੁਨੀਆਂ ਦੇ ਆਉਂਦੇ ਸਾਰੇ ਕੰਮ ਕਰਾਂਗੇ ਇਸ ਦਰਾਰ ਨੂੰ ਪੂਰੀ ਕਰਨ ਵਾਸਤੇ, ਪਰ ਉਹ ਦਰਾਰ ਨਹੀਂ ਪੂਰੀ ਹੋਏਗੀ। ਬਸ ਇਹਦੀ ਤੁਸੀਂ ਸਮਝ ਲਓ ਕਿ ਸ਼ੁਰੂਆਤ ਜਿਹੜੀ ਹੈ ਰਿਸ਼ਤਿਆਂ ਬਾਰੇ ਗੱਲ ਕਰਨੀ ਜਾਂ ਐਡਿਕਸ਼ਨ ਬਾਰੇ ਗੱਲ ਕਰਨੀ, ਸਿਰਫ ਇਹ ਇਸੇ ਗੱਲ ਦੀ ਸਮਝ ਹੈ ਕਿ ਬਚਪਨ ਤੋਂ ਲੈ ਕੇ ਅੱਜ ਤੱਕ ਦੇ ਸਫ਼ਰ ਦੇ ਵਿੱਚ ਕਿਹੜੀ ਜਗ੍ਹਾ 'ਤੇ ਤੁਸੀਂ ਆਪਣੇ ਆਪ ਨੂੰ ਟੁੱਟੇ। ਬਸ ਆਪਣੇ ਨਾਲੋਂ ਵਿੱਤ ਬਣਾਉਣੀ, ਆਪਣੇ ਨਾਲੋਂ ਡੀਐਲੀਨੇਟ ਹੋਣਾ, ਆਪਣੇ ਆਪ ਨਾਲੋਂ ਅਲੱਗ ਹੋਣਾ। ਜਦੋਂ ਦੋ ਹਸਤੀਆਂ ਬਣ ਜਾਂਦੀਆਂ, ਮੈਂ ਅਤੇ ਮੇਰੀ ਇੱਕ ਹੋਰ ਹਸਤੀ, ਬਸ ਫਿਰ ਉਹਦੇ ਵਿੱਚ ਹੀ ਸਾਰੀ ਜਿਹੜੀ ਹੈ ਨਾ ਦੁਨੀਆਂ ਜਾਣ ਦੇ ਨਸ਼ੇ ਆ ਜਾਂਦੇ ਆ, ਦੁਨੀਆਂ ਜਾਣ ਦੀ ਗਰੀਡ ਆ ਜਾਂਦੀ ਹੈ, ਦੁਨੀਆਂ ਜਾਣ ਦੀ ਭੁੱਖ ਆ ਜਾਂਦੀ ਜਿਹੜੀ ਕਦੀ ਪੂਰੀ ਨਹੀਂ ਹੁੰਦੀ। ਬੰਦਾ ਹਮੇਸ਼ਾ ਡਿਸਪੰਡੈਂਟ ਰਹਿੰਦਾ, ਬੰਦਾ ਹਮੇਸ਼ਾ ਹਰ ਰਿਸ਼ਤੇ ਤੋਂ ਹਰ ਦੁਨੀਆਂ ਦੀ ਚੀਜ਼ ਤੋਂ ਡਿਸਪੰਡੈਂਟ ਰਹਿੰਦਾ, ਉਹਨੂੰ ਕਦੀ ਨਹੀਂ ਸਮਝ ਆਉਂਦੀ ਵੀ ਉਹਨੂੰ ਚਾਹੀਦਾ ਕੀ ਸੀਗਾ। ਇਨਫੈਕਟ ਉਹਨੂੰ ਚਾਹੀਦਾ ਇਹ ਹੁੰਦਾ ਕਿ ਉਹਨੂੰ ਇੱਕ ਤਰੀਕਾ ਆਉਣਾ ਚਾਹੀਦਾ ਜਿਹਦੇ ਨਾਲ ਉਹ ਆਪਣੇ ਆਪ ਨਾਲ ਦੋਸਤੀ ਪਾ ਸਕੇ। ਉਹਨੂੰ ਕੋਈ ਬਾਹਰ ਦੀ ਚੀਜ਼ ਨਹੀਂ ਚਾਹੀਦੀ ਹੁੰਦੀ ਆਪਣੇ ਆਪ ਨਾਲ ਜੁੜਨ ਵਾਸਤੇ, ਉਹਨੂੰ ਆਪਣੇ ਅੰਦਰ ਦੀ ਉਹ ਸ਼ਰਮ, ਆਪਣੇ ਅੰਦਰ ਦੀ ਉਹ ਡਰ ਦੂਰ ਕਰਨਾ ਹੁੰਦਾ ਹੈ ਸਿਰਫ ਆਪਣੇ ਆਪ ਦੇ ਨਾਲ ਮਿਲਣ ਵਾਸਤੇ। ਉਹ ਜਿਹੜੀ ਆਪਣੇ ਆਪ ਨਾਲ ਮਿਲਣ ਨਹੀਂ ਦਿੰਦੀ ਚੀਜ਼, ਜਾਂ ਤਾਂ ਉਹ ਛੋਟੇ ਹੁੰਦਿਆਂ ਦੀ ਕੋਈ ਸ਼ਰਮ ਹੁੰਦੀ ਹੈ ਜਾਂ ਛੋਟੇ ਹੁੰਦਿਆਂ ਦਾ ਕੋਈ ਡਰ ਹੁੰਦਾ, ਉਹਨੂੰ ਸਾਰੀ ਉਮਰ ਇਹ ਲੱਗਦਾ ਕਿ ਜੇ ਇਹ ਡਰ ਜਾਂ ਇਹ ਸ਼ਰਮ ਕਿਸੇ ਨੂੰ ਪਤਾ ਲੱਗ ਗਈ ਤਾਂ ਫਿਰ ਮੇਰਾ ਕੀ ਬਣੇਗਾ, ਫਿਰ ਮੇਰੇ ਨਾਲ ਕੋਈ ਦੁਨੀਆਂ ਦਾ ਬੰਦਾ ਮੈਨੂੰ, ਹਰ ਕੋਈ ਬੰਦਾ ਮੈਨੂੰ ਰਿਜੈਕਟ ਕਰ ਦੇਗਾ। ਗੱਲ ਇਹ ਕੀ ਹੁੰਦੀ ਕੀ ਹੈ ਕਿ ਉਹਨੇ ਆਪ ਹੀ ਆਪਣੇ ਆਪ ਨੂੰ ਰਿਜੈਕਟ ਕੀਤਾ ਹੁੰਦਾ, ਇਸ ਕਰਕੇ ਦੁਨੀਆਂ ਦੀ ਰਿਜੈਕਸ਼ਨ ਤੋਂ ਬਹੁਤ ਡਰਦਾ, ਇਸ ਕਰਕੇ ਉਹਨੂੰ ਹਮੇਸ਼ਾ ਇੱਕ ਫੀਅਰ ਰਹਿੰਦਾ ਕਿ ਜ਼ਿੰਦਗੀ ਦੇ ਵਿੱਚ ਜੇ ਉਹ ਕੰਪਲੀਟ ਨਾ ਹੋਇਆ, ਜੇ ਉਹ ਇਸ ਮਤਲਬ ਲੈਵਲ 'ਤੇ ਨਾ ਪਹੁੰਚ ਸਕਿਆ,
ਜਾਂ ਉਸਨੇ ਇਹ ਅਚੀਵ ਨਾ ਕੀਤਾ ਤਾਂ ਦੁਨੀਆ ਉਹਨੂੰ ਕਿਸੇ ਵੇਲੇ ਛੱਡ ਜਾਏਗੀ। ਇਹ ਸਾਰੀ ਜਿਹੜੀ ਦੁਨੀਆ ਛੱਡ ਜਾਏਗੀ ਦਾ ਡਰਾਮਾ ਜਿਹੜਾ ਹੁੰਦਾ ਨਾ, ਆਪਣਾ ਛੱਡਣ ਦਾ ਡਰਾਮਾ ਹੁੰਦਾ, ਉਹਨੇ ਆਪ ਹੀ ਆਪਣੇ ਆਪ ਨੂੰ ਉਸ ਕਾਰਨ ਕਰਕੇ ਛੱਡਿਆ ਹੁੰਦਾ ਕਿ ਉਹਨੇ ਉਹਨੂੰ ਆਪਣੇ ਆਪ ਨੂੰ ਹੀ ਉਹ ਸ਼ਰਮ, ਆਪਣੇ ਆਪ ਨੂੰ ਹੀ ਉਹ ਡਰ ਆਉਂਦਾ ਹੁੰਦਾ। ਥੋੜ੍ਹਾ ਜਿਹਾ ਕੋਨਸੈਪਟ ਟੀਡੀਅਸ ਹੈ, ਥੋੜ੍ਹਾ ਜਿਹਾ ਸਮਝਣਾ ਔਖਾ, ਪਰ ਜੇ ਤੁਸੀਂ ਇਸ ਕੋਨਸੈਪਟ ਨੂੰ ਕਿਤੇ ਸਮਝ ਲਓ ਅਤੇ ਇਹਦੀ ਪ੍ਰੈਕਟਿਸ ਕਰ ਲਓ, ਮੈਨੂੰ ਨਹੀਂ ਲੱਗਦਾ ਦੁਨੀਆ ਦੇ ਵਿੱਚ ਤੁਹਾਨੂੰ ਕੋਈ ਵੀ ਇਹੋ ਜਿਹੀ ਚੀਜ਼ ਕਰਨੀ ਪਵੇ ਜਾਂ ਕਿ ਲੋਕ ਤੁਹਾਨੂੰ ਅਪਰੂਵ ਕਰ ਲੈਣ।